ਪਰਚਾ ਪਰਚਾ ਪਰਚਾ, ਪੰਜਾਬ ਪੁਲਿਸ ਨੇ ਪਾਤਾ ਮੁਰਦੇ ਤੇ ਪਰਚਾ। ਇਹ ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਪੁਲਿਸ ਨੇ ਇੱਕ ਮੁਰਦੇ 'ਤੇ ਮੁਕੱਦਮਾ ਦਰਜ ਕੀਤਾ, ਕਿਉਂਕਿ ਮਸਲਾ ਇਹ ਸੀ ਕਿ ਪੁਲਿਸ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ। ਦਰਅਸਲ ਫਿਰੋਜ਼ਪੁਰ ਦੇ ਵਿੱਚ ਇੱਕ ਹਾਦਸਾ ਹੋਇਆ ਸੀ। ਇਸ ਹਾਦਸੇ ਦੇ ਦੌਰਾਨ ਇੱਕ ਕੈਂਟਰ ਪਲਟ ਗਿਆ। ਸੋ ਇਸ ਕੈਂਟਰ ਦੀਆਂ ਇੰਨੀਆਂ ਪਲਟੀਆਂ ਵੱਜੀਆਂ ਕਿ ਕੈਂਟਰ ਸਵਾਰ ਅਤੇ ਕੈਂਟਰ ਦਾ ਡਰਾਈਵਰ ਸਦਾ ਲਈ ਮੌਤ ਦੀ ਆਗੋਸ਼ 'ਚ ਚਲਾ ਗਿਆ। ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪੜਤਾਲ ਲਈ ਪਹੁੰਚੀ, ਇਸ ਕੈਂਟਰ ਨੂੰ ਕਬਜ਼ੇ 'ਚ ਲਿਆ ਅਤੇ ਕੈਂਟਰ ਦੇ ਵਿੱਚੋਂ ਡੋਡੇ ਬਰਾਮਦ ਹੋਏ। ਪੁਲਿਸ ਹੈਰਾਨ ਰਹਿ ਗਈ ਅਤੇ ਡੋਡਿਆਂ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਸਕੱਤਰ ਸਿੰਘ ਨਾਮ ਦਾ ਡਰਾਈਵਰ ਟਰੱਕ ਚਲਾ ਰਿਹਾ ਸੀ। ਪੁਲਿਸ ਨੇ ਉਸਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ, ਪਰ ਸਕੱਤਰ ਸਿੰਘ ਦੀ ਤਾਂ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਚੂਰਾ ਪੋਸਟ, ਜਿਹਨੂੰ ਆਪਾਂ ਡੋਡੇ ਕਹਿੰਦੇ ਹਾਂ, ਕਬਜ਼ੇ 'ਚ ਲੈ ਲਏ ਹੈ ਅਤੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਰ ਅਫਸੋਸ, ਪੁਲਿਸ ਹੁਣ ਡਰਾਈਵਰ ਨੂੰ ਰਿਮਾਂਡ 'ਤੇ ਨਹੀਂ ਲੈ ਸਕੇਗੀ, ਜਿਸ ਕਰਕੇ ਇਹ ਜਾਣਨਾ ਔਖਾ ਹੋਊਗਾ ਕਿ ਇਹ ਡੋਡੇ ਆਏ ਅਤੇ ਕਿੱਥੋਂ ਆਏ, ਕਿੱਥੋਂ ਆਏ, ਕਿੱਥੋਂ ਆਏ। ਆਓ ਤੁਹਾਨੂੰ ਦਿਖਾਉਂਦੇ ਹਾਂ ਆਖਿਰਕਾਰ ਕੀ ਹੈ ਮਾਮਲਾ, ਕਿਵੇਂ ਪੁਲਿਸ ਨੇ ਕੀਤੀ ਹੈ ਬਰਾਮਦਗੀ ਅਤੇ ਕਿਉਂ ਦਰਜ ਕਰ ਦਿੱਤਾ ਮੁਰਦੇ 'ਤੇ ਪਰਚਾ ਪਰਚਾ ਪਰਚਾ। ਦੈਨਿਕ ਮੇਲ ਪੰਜਾਬੀ TV ਦੇ ਲਈ ਅਮਨਤ ਅਗੜ ਦੇ ਰਿਪੋਰਟ। ਸਰ, ਇਹ ਜਿਹੜਾ ਇੱਕ ਮਾਮਲਾ ਦਰਜ ਹੋਇਆ, ਜਿਹੜਾ ਐਕਸੀਡੈਂਟ ਹੋਇਆ, ਇਸ ਵਿੱਚ ਕੀ ਨਹੀਂ? ਇਹ 13-14 ਦੀ ਦਰਮਿਆਨੀ ਰਾਤ ਫਾਜ਼ਿਲਕਾ ਸਾਈਡ ਤੋਂ ਕੈਂਟਰ ਆ ਰਿਹਾ ਸੀ। ਸਕੱਤਰ ਸਿੰਘ ਨਾਮ ਦਾ ਡਰਾਈਵਰ, ਜਿਹਦਾ ਬਾਅਦ 'ਚ ਪਤਾ ਲੱਗਾ, ਰਾਤ ਨੂੰ ਉਹ ਤੇਜ਼ ਰਫ਼ਤਾਰ ਨਾਲ ਲੈ ਰਿਹਾ ਅਤੇ ਜਿਹੜਾ ਆਰਮੀ ਦਾ ਜਿਹੜੇ ਉੱਥੇ ਬਣੇ ਹੋਏ ਆ ਜਗ੍ਹਾ ਤਕੋਨੀ ਫਾਜ਼ਿਲਕਾ, ਜਿੱਥੋਂ ਸੈਨਿਕ ਹੁੰਦੇ, ਉਹ ਸਿੱਧਾ ਉਹਨੇ ਰਫ਼ਰੈਂਡ ਕਰਦੇ ਹੋਏ ਗੱਡੀ ਉਹਦੇ ਵਿੱਚ ਮਾਰੀ। ਗੱਡੀ ਦੀਆਂ ਪੱਟੀਆਂ ਵੱਜੀਆਂ, ਡਰਾਈਵਰ ਹੇਠਾਂ ਆ ਗਿਆ, ਸੱਟਾਂ ਲੱਗੀਆਂ। ਉਹਨੇ ਐਂਬੂਲੈਂਸ ਵਾਲੇ ਇੱਥੇ ਫਿਰੋਜ਼ਪੁਰ ਸਿਵਲ ਹਸਪਤਾਲ ਇੱਥੋਂ ਦਾ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ, ਉਹਦੀ ਬਾਅਦ 'ਚ ਮੌਤ ਹੋ ਗਈ। ਜਦੋਂ FIR ਦਰਜ ਕਰਕੇ SI ਵਿਨੋਦ ਕੁਮਾਰ ਨੇ ਗੱਡੀ ਦੀ ਸਰਚ ਕੀਤੀ, ਸਬਜ਼ੀ ਵਗੈਰਾ ਉਹਦੇ ਵਿੱਚ ਕਾਫੀ ਲੋਡ ਸੀ, ਉਹਦੇ ਵਿੱਚੋਂ 4 ਮਤਲਬ ਗੱਟੂ ਡੋਡਾ ਪੋਸਟ ਮਿਲਿਆ। 90 ਕਿਲੋ ਟੋਟਲ 4 ਗੱਟੂ ਦਾ ਵਜ਼ਨ, 90 ਕਿਲੋ ਕਬੂਤਰ ਕਵਰ ਹੋ ਗਿਆ। ਮੁਕੱਦਮਾ ਨੰਬਰ 38 ਕਿੱਥੇ ਤੇ ਕੀਤਾ, ਕਿੱਥੋਂ ਦਾ ਰਹਿਣ ਵਾਲਾ? ਸਕੱਤਰ ਸਿੰਘ, ਜਿਹੜਾ ਸਾਡਾ ਬਲਵਿੰਦਰ ਸਿੰਘ ਅਜਨਾਲਾ ਦਾ ਰਹਿਣ ਵਾਲਾ, ਇਕੱਲਾ ਡਰਾਈਵਰ ਸੀ, ਉਹਦੇ ਡੈਥ ਹੋ ਗਈ ਹੈ, ਉਹਦੇ ਉੱਪਰ ਮੁਕੱਦਮਾ ਦਰਜ ਕੀਤਾ। ਠੀਕ, ਫਿਲਹਾਲ ਇਨਵੈਸਟੀਗੇਸ਼ਨ ਜਾਰੀ ਹੈ।